अपने विआह दे भाई किसे ना ना जफी पौन मैं कह ये की कंदा चमचल को आया वा सारे भरावां ने पैसे पा के ना पाइया के गोश्त ले आंदा ते हड्डी पका के आले दुआले आ स्टेप मार आलू बुखारा खान दे ते चूरी खान दे कोई देख ना लवे हां भाई ने बाद मारी विकास ओ कंदा हां जी भाई दागी अंब ले या दागी अंब ते नाल बिटनो वेट दी टूप ले ली कोल जेड़ा बैंदा सी रोने दे के तुरिया हसदा जेड़ा रहंदा सी वेखोनी मुख मोड़ गया जे लाके न्यू तोड़ गया जे सयो नी मेरे दिल दा जानी सयो नी मेरे दिल दा जानी थले दसना ओल्ड सैट के न्यू सैट उस्ताद जी एक घंटे च ओदे 1.4 सिर्फ कमेंट्स सी 1.5 उस तो बाद 2 घंटे जो दे 2K सिर्फ कमेंट्स सी मैं थले देखिया ना ते बहुत लोगों ने लिखिया ओल्ड इज गोल्ड ओल्ड इज गोल्ड ओल्ड इज गोल्ड ते बहुत सारे ने लिखिया विच के भी तुसी सैट नवा ना ते जरा तुहानू लगेगा टाइम थोड़ा जिहा बहुत सारे ने लिखिया कि टेंशन ना लवो एक ने भी लिखिया कि तुसी वाशरूम च बह के भी प्रोग्राम कर लो असीं उत्थे भी वेखी जांगे कसमां दी गल एक मिनट गल करनी सलाम दुआ नहीं पहले लेना सीगा टी टाइम में खुश आमदीद भी नहीं कहना सलाम दुआ लिया लो जी वो याद भूल गया सिर्फ सीटी दे चक्कर चे गल याद कराई वास भूल गया वास याद भूल गया चेत चेत भूल गया सॉरी सॉरी नादरी चेता भूल गया वो गाने तो बाद एकदम शुरू कर लिया ना चलो कोई नहीं सलाम दुआ पिछले सो वाली शो वाली गिन लेना तुसी बाकी सेट लो ये कहंदे सियाणे कहंदे कि पुराना 2 दिन ते नवा 100 दिन हाँ सही गल सही सैटल कहंदे ने झोने दे पराल परालियों कोल छाने जांदे ते गल ए है कि तुसी हाले तो 2 घंटे हुए सी ना हाले 2 घंटे 3 घंटे हुए ने शो नू मैं 24 घंटिया का क्या सी मैं 24 घंटिया बाद चलो अज रात नू ही जाके ना मैं क्योंकि 2000 कमेंट्स घंटा पहले सी ते 3-4 हज़ार कमेंट हो जाएगा वो फिर मैं अज सारी रात उही इत्थे पढ़ांगा ते मैं नाल देखांगा भी किन्नियां ने की किया ते किन्नियां ने की किया मेरी वाइफ ने कहा पुराना सैट बैटर सीगा ओल्ड इज गोल्ड ए वेलो जी हुण असी कोई गल कीती दी वाइफ दी या किसी ने कोई गल कीती ਇਹ ਆਪ ਸਾਨੂੰ ਘਰ ਲੈ ਕੇ ਵੜਿਆ ਹੁਣ ਨਹੀਂ ਬਾਈ ਤੇ ਇਸ ਤਰੀ ਇੱਥੇ ਲੈ ਆਇਆ ਹਾਂਜੀ ਇੱਥੇ ਲੈ ਆਇਆ ਵਾ ਹੁਣ ਤੇ ਪਹਿਲੋ ਘਰ ਵੜਦਾ ਨਾ ਬਾਈ ਸਾਨੂੰ ਲੈ ਕੇ ਹੁਣ ਨਹੀਂ ਹੁਣ ਇਹਨੂੰ ਕਿਸੇ ਨੇ ਕਿਹਾ ਕੋਈ ਗੱਲ ਕੀਤੀ ਹੈ ਕਿ ਵਾਈਫ ਦੀ ਕੋਈ ਗੱਲ ਹੋ ਰਹੀ ਸੀ ਮੇਰੇ ਚਿੱਤ ਚੇਤਾ ਵੀ ਨਹੀਂ ਜੇ ਅੱਛਾ ਮੈਨੂੰ ਭੁੱਲਣ ਵੀ ਨਹੀਂ ਦਿੰਦਾ ਉਹਨੂੰ ਯਾਰ ਫੈਸਲ ਬਾਈ ਜੇ ਮੈਂ ਉਹਨੂੰ ਯਾਦ ਕਰਦਾ ਤਾਂ ਵੀ ਨਹੀਂ ਬਰਦਾਸ਼ਤ ਕਰਦਾ ਸਾਜੀ ਇਹਨੇ ਮੈਨੂੰ ਦਰਮਿਆਨ ਚ ਫਸਾਇਆ ਵਾ ਦੋ ਰਾਹੇ ਪੇ ਖੜਾ ਕੀਆ ਗੈਰਤ ਨਾ ਮੇਰੇ ਚ ਕੁੱਟ ਕੁੱਟ ਕੇ ਭਰੀ ਹੈ ਤੁਹਾਨੂੰ ਇੰਨਾ ਤੇ ਪਤਾ ਹੋਣਾ ਚਾਹੀਦਾ ਤੇ ਮੈਂ ਕੀ ਕਹਿਤਾ ਵਾ ਠੀਕ ਹੈ ਨਾ ਚੁੱਪ ਕਰ ਜਾਇਆ ਕਰੋ ਸਿਰਫ ਮਸ਼ਵਰਾ ਦਿੱਤਾ ਵੇ ਕਹਿੰਦਾ ਗੈਰਤ ਕੁੱਟ ਕੁੱਟ ਕੇ ਭਰੀ ਹੈ ਮੋਜ਼ਰ ਉਹਦੇ ਡੱਬ ਨਾਲ ਹੁੰਦਾ ਹਰ ਟਾਈਮ ਹਰ ਟਾਈਮ ਕੱਲੇ ਗੈਰਤ ਆ ਤੇ ਥੋੜੀ ਦੇਰ ਪਹਿਲਾਂ ਕਹਿੰਦਾ ਸੀ ਮੇਰੀ ਬੁੱਢੀ ਦੀ ਤਸਵੀਰ ਵੀ ਸ਼ੋਅ 'ਚ ਲਾਓ ਉਹਦੇ ਨਾਲ ਤੇ ਬਗੈਰਤੀ ਦਾ ਕੋਈ ਤਾਂ ਲੱਗਣੀ ਨਹੀਂ ਤੇ ਬੁੱਢੀ ਦੀ ਤਸਵੀਰ ਕਾਹਤੋਂ ਸ਼ੋਅ 'ਚ ਸੀ ਅੱਜ ਤੱਕ ਸਾਡੇ ਸ਼ੋਅ 'ਚ ਫੀਮੇਲ ਕੋਈ ਆਈ ਯਾਰ ਮੇਰੇ ਬੱਚੇ ਕਹਿ ਰਹੇ ਨੇ ਅਸੀਂ ਆਣਾ ਮੇਰੀ ਬੇਗਮ ਹੀ ਹੈ ਉਹ ਇਹਦੇ 'ਚ ਕੋਈ ਇਸ਼ੂ ਨਹੀਂ ਕੋਈ ਇਸ਼ੂ ਨਹੀਂ ਸਾਰੀ ਫੈਮਿਲੀ ਹੈ ਸਾਡੀ ਹਾਂ ਅੱਜ ਤੱਕ ਲੋ ਜੀ ਸਾਜੀ ਨੇ ਇਸ ਗੱਲੋਂ ਸਾਨੂੰ ਪਾਕ ਰੱਖਿਆ ਕਿ ਫੀਮੇਲ ਨਹੀਂ ਕੋਈ ਆਣ ਦਿੱਤੀ ਹਾਲਾਂ ਅਸੀਂ ਬੜੀ ਕਿਹਾ ਇਹਨਾਂ ਨੂੰ ਕੋਸ਼ਿਸ਼ ਵੀ ਕੀਤੀ ਕਿ ਸਾਜੀ ਚਲੋ ਤੁਸੀਂ ਲੇਕਿਨ ਨਹੀਂ ਆਣ ਦਿੱਤੀ ਭਾਜੀ ਇਹ ਸਿਰਫ ਜਿਹੜੀ ਭਰਜਾਈ ਉਹ ਬੱਸਾਂ 'ਚ ਪੈਨਸਲਾਂ ਵੇਚਦੀ ਮੈਂ ਤਾਂ ਨਹੀਂ ਗਿਆ ਲੇਕਿਨ ਆਹ ਸਾਨੂੰ ਕੰਮ ਤੋਂ ਕਢਾਉਣ ਦੀ ਸਾਜ਼ਿਸ਼ ਆ ਜਿਹੜਾ ਆਸਤਾ ਆਸਤਾ ਫੈਮਿਲੀ ਇਨਵੋਲਵ ਕਰ ਰਹੇ ਆ ਨਾ ਆਪਾਂ ਕਿਤੇ ਕੰਮ ਲੱਭ ਲਈਏ ਹੁਣ ਆਹ ਦਿਲ ਕਰੇ ਟੀ ਟਾਈਮ ਹੁੰਦਾ ਹੋਵੇ ਇੱਥੇ ਭਾਬੀ ਬੈਠੀ ਹੋਵੇ ਇੱਥੇ ਫੈਸਲ ਬੈਠਾ ਹੋਵੇ ਇੱਥੇ 2-3 ਬੱਚੇ ਬੈਠੇ ਹੋਣ ਕੀ ਨਾਮ ਉਹ ਮੁੰਡੇ ਦਾ ਸੇਲ ਸਾਰੇ ਤੇ ਸੱਸ ਵੀ ਦੀ ਬੈਠੀ ਹੋਵੇ ਪਿੱਛੇ ਵੱਡੇ ਬੈਨਰ ਤੇ ਅੱਬੂ ਜੀ ਯਾਰ ਇਦਾਂ ਨਾ ਕਰੀਏ ਆਪਾਂ ਲੋਕਾਂ ਨੂੰ ਕਹੀਏ ਕਿ ਜਿਹੜੇ ਸਾਡੇ ਲਾਗੇ ਲਾਗੇ ਨੇ ਕਪਲ ਮੀਆਂ ਬੀਵੀ ਉਹ ਸਾਡੇ ਸ਼ੋਅ 'ਚ ਆਉਣ ਟੀ ਟਾਈਮ 'ਚ ਓਕੇ ਯਾਨੀ ਇਦਾਂ ਐਜ਼ ਅ ਗੈਸਟ ਬੈਠੇ ਹੋਣ ਠੀਕ ਹੈ ਨਾ ਥੋੜ੍ਹੀ ਜਗ੍ਹਾ ਬਣਾ ਕੇ
ਤੇ ਗੈਸਟ ਬੈਠੇ ਨੇ ਸਾਡੇ ਨਾਲ ਕਰਨ ਇਸ ਤਰ੍ਹਾਂ ਸ਼ੋਅ ਸਹੀ ਇਨਵੋਲਵ ਹੋਣ ਸਾਡੇ ਨਾਲ ਹੈਨਾ ਬਹੁਤ ਅੱਛਾ ਜੀ ਇਹ ਕਰ ਲੈਣਾ ਚਾਹੀਦਾ ਕਿਉਂਕਿ ਸਾਰੇ ਦੁਨੀਆ ਦੇ ਲੋਕਾਂ ਨੇ ਵੇਖੋ ਇਸ ਤਰ੍ਹਾਂ ਦੇ ਸ਼ੋਅਸ ਕੀਤੇ ਤੁਸੀਂ ਕਿਉਂ ਨਹੀਂ ਕਰਦੇ ਤੁਹਾਡੇ ਨਾਲ ਕੋਈ ਮਸਲਾ ਬਾਕੀ ਮੈਂ ਕਹਿੰਦਾ ਕੋਈ ਮੇਰੀ ਭੈਣ ਆਵੇ ਬੈਠੀ ਹੋਵੇ ਤੁਸੀਂ ਬਗੈਰ ਤੋਂ ਹਟਣਾ ਨਹੀਂ ਸੋਚਿਓ ਵੀ ਨਾ ਕਦੇ ਅਸੀਂ ਵੀ ਆਪ ਧੀਆਂ ਭੈਣਾਂ ਸਮਝਦੇ ਹੋ ਦੁਨੀਆ ਚੰਦ ਤੇ ਪਹੁੰਚ ਨਹੀਂ ਨਹੀਂ ਹਟਣਾ ਨਹੀਂ ਤੂੰ ਮਰਾਦ ਇਹ ਨਹੀਂ ਅੱਲਾ ਮਾਫੀ ਦੇਵੇ ਕਿ ਤੁਸੀਂ ਗੱਲਬਾਤ ਕੈਸੀ ਕਰ ਦੇਣੀ ਆ ਮੈਂ ਇਹ ਕਹਾਂਗਾ ਕਿ ਅਸੀਂ ਹਯਾ ਵਾਲੇ ਲੋਕ ਆ ਲੇਕਿਨ ਚੱਲ ਗੱਦਾ ਸੌਰੀ ਚਲੋ ਓਏ ਅੱਲਾ ਮਾਫੀ ਮੈਂ ਅੱਛਾ ਪਤਾ ਕੀ ਗੱਲ ਆ ਤੂੰ ਜੁਗਤਾ ਮਾਰ ਕੇ ਵੀ ਸਹਾ ਸਕਦਾ ਵਾ ਤੂੰ ਉੱਤੋਂ ਦੀ ਨਾ ਆਹ ਸਾਰੇ ਸੌਣ ਦੇ ਚੱਕਰ ਚ ਨਾ ਸਭ ਤੋਂ ਕੌਣ ਆ ਤੁਸੀਂ ਵੀ ਵੇਖੀ ਜਾਇਓ ਉੱਠ ਕੇ ਖੋਲੇ ਹੋ ਨਾ ਤੁਸੀਂ ਮੌਲਵੀ ਸਾਹਿਬ ਜਾਣਾ ਜ਼ਰਾ ਯਾਦ ਰੱਖਿਓ ਬਸ ਨਹੀਂ ਉਹ ਭੰਜ ਦੇਣਾ ਛੋਟਾ ਬੱਚਾ ਬੇਟਾ ਭੰਜ ਨੂੰ ਜ਼ਰਾ ਭੇਜ ਦਿਓ ਆ ਦੇਖੀ ਯਾਰ ਉਸਤਾਦ ਹੈ ਲੋ ਲਾਲ ਸ਼ਰਟ ਵਾਲੇ ਉਹ ਯਾਰ ਉਹ ਯੂਨਿਟ ਡਿੱਗਦੇ ਪਏ ਉਸਤਾਦ ਤੇ ਦਿਲ ਨਹੀਂ ਟਿਕੂ ਅਜਾ ਯਾਰ ਬੈਲ ਬਾਰ ਬਾਰ ਮਾਰੀ ਜਾਂਦਾ ਠੀਕ ਸਾਹਿਬ ਹੈਨਾ ਮੈਂ ਰਾਤੀ ਇੱਕ ਬੰਦੇ ਨੇ ਲਤੀਫਾ ਭੇਜਿਆ ਸ਼ੇਖ ਵਾਲਾ ਕਹਿੰਦਾ ਕਿ ਸ਼ੇਖ ਦੀ ਬੁੱਢੀ ਮਰ ਜਾਂਦੀ ਤੇ ਉਹ ਰੋਂਦਾ ਰੋਂਦਾ ਕਿਚਨ 'ਚ ਜਾ ਕੇ ਬੁੱਢੀ ਨੂੰ ਧੀ ਨੂੰ ਕਹਿੰਦਾ ਅੱਜ ਰੋਟੀਆਂ ਦੋ ਘੱਟ ਪਕਾਈ ਮਾਰ ਹੈਨਾ ਸ਼ੇਖਾਂ ਦਾ ਨਾਮ ਵੀ ਮਸ਼ਹੂਰ ਹੋਇਆ ਕੰਜੂਸੀ ਸ਼ੇਖਾਂ ਵਰਗਾ ਖੁੱਲਾ ਖਰਚਾ ਕਰਦਾ ਹੀ ਕੋਈ ਨਹੀਂ ਸ਼ੇਖ ਕੋਲ ਜੋਬ ਕੀਤੀ ਆ ਉਹ ਬੜਾ ਖੁੱਲੇ ਦਿਲ ਦਾ ਸੀ ਪਤਾ ਨੀ ਕਿਹੜੇ ਲੋਕ ਨੇ ਲੇਕਿਨ ਪੂਰੇ ਦਿਨ ਚ ਕੋਈ ਇੱਕ ਐਸਾ ਕੰਮ ਕਰ ਜਾਂਦਾ ਸੀ ਕਿ ਉਹ ਸ਼ੇਖ ਹੋ ਜਾਂਦਾ ਤੇ ਉਹ ਤੇ ਖਾ ਲੇਕਿਨ ਗੱਲ ਇਹ ਕਿ ਕਿਤੇ ਕੋਈ ਗੱਲਬਾਤ ਹੈ ਕਿਤੇ ਪੈਸੇ ਤੁਸੀਂ ਲਓ ਜੀ ਮੇਰੀ ਗੱਲ ਸੁਣੋ ਸ਼ੇਖਾਂ ਦੇ ਜਿੱਦਾਂ ਦੇ ਧੀ ਪੁੱਤ ਦਾ ਵਿਆਹ ਹੁੰਦਾ ਨਾ ਘੱਟ ਹੀ ਤੁਸੀਂ ਕਿਸੇ ਦਾ ਵੇਖਿਆ ਹੋਏਗਾ ਭਾਵੇਂ ਬਾਅਦ ਚ 13 ਸਾਲ ਕਮੇਟੀਆਂ ਪਾ ਕੇ ਕਰਜ਼ੇ ਲਾਉਂਦੇ ਰਹੇ ਲੇਕਿਨ ਵਿਆਹ ਤੁੰਨ ਕੇ ਕਰਨਾ ਛੱਟੇ ਤੁਸੀਂ ਆਪਣੀ ਗੱਲ ਕਰੋ ਆ ਸ਼ਰਟਾਂ ਜਿਹੜੀਆਂ ਪਾ ਕੇ ਨਾ ਤੇ ਫਿਰ ਉਸੇ ਤਰ੍ਹਾਂ ਉਹਨੂੰ ਕਹਿੰਦੇ ਹੈਂਗ ਚ ਟੰਗ ਦੇ ਧੋਏਗਾ ਫਿਰ ਸਰਫ ਲੱਗੂਗਾ ਪਾਣੀ ਲੱਗੂਗਾ ਉਸੇ ਤਰ੍ਹਾਂ ਨਹੀਂ ਟਕਾਉਂਦੇ ਸਹੀ ਦੱਸੀ ਆ ਲਓ ਜੀ ਸੁਣ ਲਓ ਸਾਬਰ ਨੂੰ ਤੁਸੀਂ ਲੈਮੀਨੇਸ਼ਨ ਕੀਤਾ ਪਿੱਛਾ ਲਓ ਜੀ ਸੁਣ ਲਓ ਅਸੀਂ ਆ ਦੋ ਸ਼ੋਅ ਕਰਨੇ ਟੀ ਟਾਈਮ ਇੱਕ ਇਸ ਤੋਂ ਪਹਿਲੇ ਕੀਤਾ ਪੌਣੇ ਘੰਟਿਆਂ ਤੋਂ ਸ਼ਰਟ ਪਾਈ ਨਵੀਂ ਸ਼ਰਟ ਪਾਈ ਇੱਥੇ ਬਹਿ ਗਿਆ ਹੁਣ ਅਗਲਾ ਸ਼ੋਅ ਕਰਨਾ ਸੀ ਤੇ ਸ਼ਰਟ ਚੇਂਜ ਕਰਨੀ ਤੇ ਉਹ ਸਿੱਟਣੀ ਬੰਦ ਸੀ ਜਾਂ ਹੈਂਗਰ ਚ ਪਾ ਕੇ ਟੱਕਣੀ ਬੰਦ ਜਿਹੜੀ ਜਿਹੜੀ 40 ਮਿੰਟ ਵਾਸਤੇ ਸਿਰ ਪਾਈ ਉਹ ਤੁਹਾਨੂੰ ਕਹਿੰਦੇ ਆ ਆਪਣਾ ਗਿੱਲੀ ਟਾਕੀ ਕਰਕੇ ਹਲੀਮ ਦੇ ਨਿਸ਼ਾਨ ਮਿਟੇਂਦੇ ਆ ਉਹ ਤੇ ਛੱਡ ਯਾਰ ਉਹ ਅੱਲਾ ਮਾਫੀ ਦੇਵੇ ਤੋਬਾ ਯਾਰ ਮੈਂ ਵੇਖਿਆ ਉਸਤਾਦ ਨੂੰ ਜਿਹੜੀ ਪੇਸਟ ਨਹੀਂ ਹੁੰਦੀ ਫਰੀ ਉਹਦੀ ਇਹੀ ਤਈ ਫੇਰ ਕੇ ਅੰਡ ਤਕੜ ਮਚੋੜ ਮਚੋੜ ਕਰਦੇ ਤੂੰ ਵੇਖੀ ਏਡੀ ਨਹੀਂ ਤੇ ਵਿੱਚ ਛੱਡ ਦਿਆ ਕਰਾਂ ਵਿੱਚ ਛੱਡ ਦਿਆ ਕਰਾਂ ਉਹ ਕੰਜੂਸ ਸੀ ਦੀ ਇੰਤਹਾ ਜੀ ਅੱਲਾ ਇੱਕ ਚੀਜ਼ ਯਾਰ ਦੇਖੋ ਤੁਸੀਂ ਇੱਕ ਚੀਜ਼ ਪੇਸਟ ਆ ਉਹਦੇ ਵਿੱਚ ਪੇਸਟ ਹੈਗੀ ਹਾਲ ਹਲੇ 3 ਵਾਰੀਆਂ ਦੀ ਹੈ ਆ ਮੈਂ ਕਿਉਂ ਸਿੱਟਾਂ ਯਾਰ ਕੌਣ ਨਹੀਂ ਨੱਪਦਾ ਪਿੱਛੋਂ ਪੇਸਟ ਨੂੰ ਨਹੀਂ ਉਹ ਇਹ ਸ਼ੇਖਾਂ ਦੀ ਨਹੀਂ ਹਰ ਘਰ ਚ ਪਿੱਛੋਂ ਪੈਨਸਲ ਦੇ ਕੇ ਇੰਜ ਇੰਜ ਕਰਕੇ ਨਹੀਂ ਜਿਹੜੀ ਮਰੋੜ ਮਰੋੜ ਕੇ ਆਹੋ ਤੇ ਪੂਰੀ ਪੈਨਸਲ ਕੌਣ ਦਿੰਦਾ ਪੈਨਸਲ ਕੌਣ ਦਿੰਦਾ ਅੱਛਾ ਤੂੰ ਨਵੀਂ ਲਿਆ ਕੇ ਇੱਕ ਵਾਰੀ ਬੁਰਸ਼ ਕਰਕੇ ਬਾਕੀ ਸਿੱਟ ਦਿੰਦਾ ਨਹੀਂ ਜਿੰਨੀ ਵਾਰੀ ਹੁੰਦੀ ਹੈ ਕਿੰਨੀ ਵਾਰੀ ਹੁੰਦੀ ਹੈ ਉਹਦੇ ਨਾਲ ਜ਼ਬਰਦਸਤੀ ਤਾਂ ਨਹੀਂ ਮੈਂ ਕਰਦਾ ਤੂੰ ਨਵੀਂ ਨਹੀਂ ਲਿਆਉਂਦਾ ਤੂੰ ਖੁੱਲੀ ਭਰਵਾਉਣਾ ਉਹਦੇ ਵਿੱਚ ਤੁਸੀਂ ਇਹਨੂੰ ਕਹਿਣਾ ਉਹਨੂੰ ਕਹਿ ਇਹਦੇ 'ਚ 15 ਦੀ ਪੇਸਟ ਭਰ ਦੇ ਤੇ ਉਹ ਨਿੱਕੀ ਪੀਕ ਰੱਖ ਕੇ ਨਾ ਤੇ ਤੀਲਿਆਂ ਦਾ ਪੇਸਟ ਭਰ ਕੇ ਦਿੰਦਾ ਤੈਨੂੰ ਫਿਟੇ ਮੂੰਹ ਤੇਰੀ ਪੇਸਟ ਤੇ ਤੇਰੇ ਘਰ ਆਉਂਦੀ ਨੀ ਗਲੀਸ ਵਾਲਾ ਲਫਾਫਾ ਪਿਆ ਹੁੰਦਾ ਉੱਥੇ ਛਾਲ ਮਾਰ ਕੇ ਦੰਦਾਂ ਤੇ ਰੇਤ ਮਾਰ ਕੇ ਬਾਹਰ ਕੱਲ ਉੱਥੇ ਦੁਕਾਨ ਤੇ ਜਾ ਕੇ ਕਹਿੰਦਾ ਯਾਰ ਬੁਰਸ਼ ਜਿਹੜਾ ਮੈਨੂੰ ਨਵਾਂ ਦੇ ਦੇ ਮੇਰਾ ਨਾ ਉਹ ਵਾਲ ਜਾ ਟੁੱਟ ਗਿਆ ਬੁਰਸ਼ ਦਾ ਉਹਨੇ ਕਿਹਾ ਯਾਰ ਇੱਕ ਵਾਲ ਟੁੱਟਾ ਤੂੰ ਹੋਰ ਕੋਈ ਮਾੜਾ ਨਾ ਕਰੇਗਾ 4 ਸਾਲ ਕਹਿੰਦਾ ਨਹੀਂ ਨਹੀਂ ਆਖਰੀ ਸੀ ਯਾਰ ਮੈਂ ਭਾਈ ਨੂੰ ਕਿਹਾ ਵਾਲ ਸੀ ਬੁਰਸ਼ ਦਾ ਮੈਂ ਕਿਹਾ ਯਾਰ ਮੁੰਡੇ ਨੂੰ ਬਾਥਰੂਮ 'ਚ ਨਹੀਂ ਜਾਣਦੇ ਰੇ ਕਹਿੰਦੇ ਉਹਨੂੰ ਫਿਰ ਭੁੱਖ ਲੱਗ ਜਾਣੀ ਜਿਹੜੀ ਘਰ ਇਹਨਾਂ ਦੇ ਪ੍ਰਾਹੁਣਾ ਆਇਆ ਉਹਨੇ 3-4 ਬਿਸਕੁਟ ਖਾ ਲਏ ਤੇ ਉਹਨਾਂ ਨੂੰ ਕਹਿੰਦੇ ਕੋਈ ਨੀ ਖਾਓ ਖਾਓ ਕੋਈ ਗੱਲ ਨੀ ਹੈਗੀ ਉਹ ਕਹਿੰਦੇ ਭਾਜੀ ਬਸ ਮੈਂ 2-3 ਹੀ ਖਾਣੇ ਸੀ ਨਹੀਂ ਕਹਿੰਦਾ ਖਾਓ ਖਾਓ ਉਦਾਂ ਖਾਧੇ ਤੁਸੀਂ 6 ਆ ਰਾਤ ਨੂੰ ਉਹਨਾਂ ਦੀਆਂ ਲਾਸ਼ਾਂ ਕੱਢੀਆਂ ਬਸ ਅੱਛਾ ਮੈਂ ਰੇਸ ਹੋ ਗਿਆ ਅੱਛਾ ਮੈਂ ਗੱਲ ਕਰਾਂ ਤੇ ਮੈਂ ਰੇਸ ਹੋ ਗਿਆ ਯੂਨਿਟ ਭਾਜੀ ਕੋਈ ਤੇ ਚੀਜ਼ ਲੱਗੀ ਹੈ ਨਾ ਸਿੱਧਾ ਤੇ ਨਹੀਂ ਨਾ ਅੰਦਰ ਆ ਜਾਂਦਾ ਕੋਈ
दीवारे मेहरबानी अपनी मांदारी ने दसो जिन्ने सोफे थले टिशू तुसी सुट दे बाद च इस्त्री करके उस तरह नहीं जोड़ दे ਯਾਰ ਉਹ ਜਿਹੜਾ ਖਰੀਦਣ ਵਾਲਾ ਵਾ ਉਹਨੂੰ ਵੇਚਣੇ ਐ ਜ਼ਿਆਦਾ ਅੱਛੀ ਗੱਲ ਬਣ ਜਾਣੀ ਵਾਲਾਂ ਦੀ ਕੌਣ ਭਰਤੀ ਪਾਉਂਦਾ ਹਾਲੇ ਸੌਣ ਨਹੀਂ ਦੇ ਤੁਹਾਨੂੰ ਇਹ ਤੁਸੀਂ 80 ਜਾਣਾ ਬਸ 10 ਰੁਪਏ ਨਹੀਂ ਬਾਥਰੂਮ ਦੇ ਬਾਹਰ ਨਿਕਲ ਕੇ ਦੇਈ ਦੇ 10 ਰੁਪਏ ਉਹ ਬਚਾਉਣ ਲਈ ਆਪਣੇ ਕਰਨਲ ਕਜ਼ਨ ਦਾ ਫੋਨ ਕਰਾਂਗੇ ਗੱਲ ਉਹ ਯਾਰ ਸਾਹ ਬਾਜੀ ਬਗੈਰ ਗੁੱਸਾ ਕਰ ਗਈ ਗੁੱਸਾ ਕਰ ਗਈ बाथरूम च गए उथे लिखा सी वड्डा छोटा 10 रुपये ओनू 5 रुपये देन दे ओ कहंदा यार 10 रुपये कहंदा मैं हाथ नहीं धोते जवाब बल्ब लगा वा नाल घर चले गए कहते भाई अद्धा बिल दो कहते कहता कहते नहीं लाइट आने यार किडे कजूस नहीं दिता मैं बल्ब थले कर लिया नहीं तुसी बहुत खुले दिल दियो यकीन करो मतलब हाथ इना खुला ना देन च शुकर शुकर एक जगह शादी हो रही थी ते ओ उन्होंने पता लगा जी दो मुंडे ने ते ओ वोटियां नू किते अंदर करंट लगा ते ओ बहुत हो गई भैन गए ने भैन नू इन्होंने कहा बरात नहीं मोड़नी बच्चियां असी देंगे बहुत खुले दिल का जे शुक्र यकीन करेटू ने इन्होंने की किया यार केटू छड़ के नहीं नस गया सही गल गोश्त लभ के लिया बंदा उतो किलो लै लवे दो मैनू कह दो मैं दो चार किलो लै आवां तेरे कुत्ते नू ते गोश्त बाहर तक लगा लोकी ला रहे हुंदे यार गोश्त कित्थों लवाया है हना बोटियां लम करी होंदी स्किन ते पुट पुट के मल्ले वाले ला रहे हुंदे के मतलब जिन्ना खादा उतना बहुता नाल मल लैंदा ओ सिर्फ चाह बनती वेखदा बस फिर यार दुध पाउंदे ने टूटी तो मुंह च पानी भर के ना उहदे च लिया लिया पा के इना बड़ा करके ना मेंटली तसल्ली वास्ते बहुता पींदा चलो देखिया इना क दुध पींदे ओह जाके करूरी करके विच पाई जांदा इना बड़ा कर लैंदा उस्ताद दे घर एडे छोरे वाली हड्डी पकदी ओए होए इन्ने छोरे वाली अद्धा सारे भैन भरा खा लेंदे अद्धा तरौंक दिंदे इन्ने छोरे वाली हड्डी अच्छा मैं कहिंदा किश्तियां चप्पू पाएगा विच हले पौने आ ठहर जो चलो पा लो पा इन्नी पानी वाली हड्डी पदे इन्नी पानी वाली हड्डी जिन्ना पानी पौंदे आ आहो पांदे ओ टक्कणा चुक के देखो तुहानू लगेगा तुसी साहल ते खड़े बीच ते इन्नी छोरे वाली हड्डी पकाउंदे ने ਉਹ ਹਾਂਡੀ ਥੋੜੀ ਜਿਹੀ ਖਾ ਪੀ ਕੇ ਬਾਅਦ ਚ ਉਸੇ ਸ਼ੋਰੇ ਨਾਲ ਸ਼ੇਰ ਨਾਲ ਨਮਕ ਨੰਡੇ ਜੀ ਇੰਨੀ ਸ਼ੋਰੇ ਵਾਲੀ ਹਾਂਡੀ ਬਣਾਉਂਦੇ ਆ ਕੱਲ ਇਹਨਾਂ ਦੇ ਮੁੰਡੇ ਨੇ ਕੁੰਡੀ ਪਾ ਕੇ ਆਲੂ ਖਿੱਚੇ ਅੱਜ ਇੰਨਾ ਪਾਣੀ ਹਾਂਡੀ ਚ ਇੰਨਾ ਪਾਣੀ ਉਹਦੇ ਬਾਹਰ ਲਿਖਿਆ ਆ ਬਹਿਰੇ ਔਕੀਆ ਨੂੰ ਬਹਿਰੇ ਸ਼ੋਰਬਾ ਹਾਂਡੀ ਚ ਇੰਨਾ ਪਾਣੀ ਪਾਉਂਦੇ ਆ ਭਾਈ ਇੱਕ ਦਿਨ ਉਹ ਸ਼ੋਰਾ ਵੱਧ ਗਿਆ ਤੇ ਟਰਾਲੀ ਤੇ ਰੱਖ ਕੇ ਪੈਪ ਲਾ ਕੇ ਰੋਡ ਤੇ ਲਾਉਂਦੇ ਤਰੌਂਕਦੇ ਸ਼ੋਰਾ
ਇੰਨੀ ਛੋਰੇ ਵਾਲੀ ਹਾਂਡੀ ਪਕਾਉਂਦੇ ਮੈਂ ਤੇ ਹੈਰਾਨ ਆ ਹਾਂਡੀ ਥੋੜੀ ਜੀ ਖਾ ਕੇ ਬਾਅਦ ਚ ਉਹੀ ਛੋਰਾ ਜਿਹੜਾ ਪੌਦਿਆਂ ਨੂੰ ਪਾਉਣ ਦੇ ਪੌਦਿਆਂ ਨੂੰ ਲਾ ਰਹੇ ਛੋਰਾ ਇੰਨਾ ਬਣਾ ਲਿਆ ਹਾਂਡੀ ਚ ਇਹਨਾਂ ਦੇ ਘਰ ਦੇ ਬਾਹਰ ਫਾਇਰ ਬ੍ਰਿਗੇਡ ਵਾਲੀ ਗੱਡੀ ਖਲੋਤੀ ਕੇ ਵੀ ਪ੍ਰਵਾਣੀ ਆਨੇ ਜੀ ਫਾਇਰ ਬ੍ਰਿਗੇਡ ਵਾਲਿਆਂ ਨੇ ਕਿਹਾ ਯਾਰ ਛੋਰਾ ਦਿਓ ਸੀ ਇੱਕ ਜਗ੍ਹਾ ਕਿਤੇ ਅੱਗ ਬੁਝਾਉਣ ਜਾਂਦੇ ਇਹਨੇ ਕਿਹਾ ਭਾਜੀ ਛੋਰਾ ਤੇ ਮੁੱਕ ਗਿਆ ਮੈਂ ਚੱਲਦਾ ਤੁਹਾਡੇ ਹਾਂਡੀ ਪਕਾਉਂਦੇ ਆ ਹਾਂਡੀ ਦੇ ਨਾਲ ਛੋਟੀ ਜਿਹੀ ਟੂਟੀ ਵੀ ਲਾਈ ਗੋਲ ਗੱਤ ਤੋਲ ਕਹਿੰਦੇ ਸਾਡੀ ਹਾਂਡੀ ਤੇ ਇੱਕ ਗਾਣਾ ਵੀ ਲਿਖਿਆ ਮੈਂ ਕਿਹਾ ਕਿਹੜਾ ਕਹਿੰਦਾ ਸਾਹਿਲ ਪੇ ਕਰੇ ਯਾਰ ਇੰਨੀ ਤੋਬਾ ਛੋਰੇ ਵਾਲੀ ਜਿਹਨੂੰ ਇੰਜ ਕਰਕੇ ਸਾਲਣ ਦੀ ਕੋਲੀ ਦਿੰਦੇ ਨਾ ਨਾਲ ਇੱਕ ਵੈਪਰ ਵੀ ਦਿੰਦੇ ਕਦੀ ਕਦੀ ਤੇ ਇਹਨਾਂ ਦੀ ਹਾਂਡੀ ਚ ਡੱਡੂਆਂ ਦੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਜਿੱਦਾਂ ਬਾਰਿਸ਼ ਤੋਂ ਬਾਅਦ ਹੀ ਬਸ ਕਰ ਡੱਡੂਆਂ ਦੀਆਂ ਆਵਾਜ਼ਾਂ ਆਉਂਦੀਆਂ ਡੱਡੂਆਂ ਦੀਆਂ ਇਹਨਾਂ ਘਰ ਪਰਾਉਣਾ ਹੋਇਆ ਤੇ ਲੈ ਜਾਂਦੇ ਮੰਨ ਕੇ ਮਾਈਂਡ ਕਰਕੇ ਕਿ ਸਾਨੂੰ ਦੇ ਦਿਓ ਸਾਡੇ ਘਰ ਦੋ ਥੁੜਦੇ ਆ ਅਬਦੁੱਲਾ ਨੂੰ ਕਹਿਣ ਦੇ ਹੁੰਦੇ ਯਾਰ ਮੈਂ ਸ਼ੋਰੇ ਚ ਕੱਪੜੇ ਭੇਵੇ ਆ ਨਤਾਰ ਦੇ ਅੱਛਾ ਆਪਣੇ ਬੱਚਿਆਂ ਨੂੰ ਪੰਜ ਪੰਜ ਰੁਪਏ ਦੇ ਕੇ ਕਹਿੰਦੇ ਆ ਲੋ ਫੋਟੋ ਰੋਟੀ ਨੀ ਮਿਲਣੀ ਸ਼ਾਮ ਨੂੰ ਉਹਨਾਂ ਨੂੰ ਕਹਿੰਦੇ ਰੋਟੀ ਲੈਣੀ ਜੇ ਤੇ ਪੰਜ ਪੰਜ ਵਾਪਸ ਪੰਜ ਰੁਪਏ ਦੀ ਰੋਟੀ ਉਸਤਾਜੀ ਕਿਆ ਖਰਚੂ ਬੋਲਾ ਜ਼ਿੰਦਗੀ ਬਹੁਤ ਨਵਾ ਦਿਆ ਤਾ ਰਸਗੁੱਲੇ ਆਉਣ ਤੇ ਅੱਠ ਦਿਨ ਉਸੇ ਤਰ੍ਹਾਂ ਫੇਰ ਦਿੰਦੇ ਭਲਾ ਕਿਉਂ ਵਿੱਚੋਂ ਰਸ ਚੂਸ ਚੂਸ ਕੇ ਰੱਖੀ ਜਾ ਭਾਈ ਜਦੋਂ ਮੈਂ ਏਡਾ ਕੰਜੂਸ ਹਾਂ ਸ਼ਰਟ ਮੇਰੀ ਕਾਤੋਂ ਪਾਈ ਭਾਈ ਜਦੋਂ ਮੈਂ ਏਡਾ ਕੰਜੂਸ ਹਾਂ ਬੇਹੰਗਮ ਜਿਹਾ ਪਿੰਡਾਂ ਦਿਖਾ ਕਰੋ ਤੂੰ ਦੱਸ ਕੀ ਕੀਤਾ ਛੋਰੇ ਦੇ ਨਾਲ ਦੱਸ ਜਰਾ ਸਟੇਡੀਅਮ ਚ ਜੋ ਕੁੱਟ ਪੈ ਗਈ ਉਸਤਾਦ ਹੁਣ ਅਸਲ ਟੀਪੇ ਪੈਰ ਥੱਲੇ ਲੁਕੋਈ ਜਿੰਨੀ ਕੁ ਗੱਲ ਹਾਸਾ ਨਾ ਓਨਾ ਠੀਕ ਆ ਐਵੇਂ ਓਵਰ ਨੀ ਹੋਣਾ ਐਵੇਂ ਸਾਨੂੰ ਨੀ ਪਤਾ ਵੀ ਤੈਨੂੰ ਕਿੰਨਾ ਕੁ ਹਾਸਾ ਆਇਆ ਹੋਣਾ ਅਸੀਂ ਤੈਨੂੰ ਜਾਣਦੇ ਨੀ ਇੰਨਾ ਲੰਗਰ ਵਾਲੀਆਂ ਲਾਈਨਾਂ ਚ ਲੱਗਦੇ ਹੁੰਦੇ ਸੀਗੇ ਇਹਨਾਂ ਦੇ ਦੁੱਖ ਉਹਨਾਂ ਨੇ ਪੁੱਠੀਆਂ ਦੇਗਾਂ ਖੋਲੀਆਂ ਸ਼ੁਰੂ ਕੀਤੀਆਂ ਕੈਸਾ ਹੱਸਦਾ ਭਾਈ ਕੱਲ ਇੱਕ ਵਿਆਹ ਤੇ ਗਏ ਉੱਥੇ ਚਿਕਨ ਖਾਧਾ ਹੱਡੀ ਨਾਲ ਲੈ ਆਏ ਤੇ ਘਰ ਦੱਬਦੀ ਕਹਿੰਦੇ ਸ਼ਾਇਦ ਮੁਰਗਾ ਉਹ ਨਹੀਂ ਉੱਗ ਪੈਂਦਾ ਭਾਈ ਅੱਲਾ ਦੀ ਜ਼ਮੀਨ ਆਪਣੇ ਵਿਆਹ ਦੇ ਉੱਤੇ ਸਿਰ ਤੇ ਕੁੱਲਾ ਰੱਖਿਆ ਤੇ ਇੱਥੋਂ ਤਰੀ ਚੋਣ ਦੀ ਮੈਂ ਕਿਹਾ ਕੀ ਕਹਿੰਦਾ ਇਹਦੇ ਪੱਟ ਲੁਕੋਇਆ ਆਪਣੇ ਵਿਆਹ ਦੇ ਭਾਈ ਕਿਸੇ ਨਾਲ ਨਾ ਜੱਫੀ ਪਾਉਣ ਮੈਂ ਕਿਹਾ ਇਹ ਕੀ ਕਹਿੰਦਾ ਚਮਚਾ ਲੁਕੋਇਆ ਵਾ ਹੋਰ ਕੀ ਮੇਰੇ ਬਾਰੇ ਚ ਕੋਈ ਤੁਹਾਨੂੰ
ਭਾਂਡਿਆਂ ਬੂਟਾਂ ਦੇ ਠੀਕ ਆ ਲੋਕੀ ਪੁਰਾਣੇ ਕੱਪੜੇ ਦੇ ਕੇ ਤੇ ਭਾਂਡੇ ਲੈਂਦੇ ਆ ਸਾਲਾ ਭਾਂਡੇ ਦੇ ਕੇ ਦੋ ਸ਼ਰਟਾਂ ਲੈ ਲਈਆਂ ਉਹ ਕੱਪੜਾ ਹੀ ਹੈ ਨੀ ਕੋਈ ਇੰਜ ਕਰ ਲਈਦਾ ਅਕਸਰ ਕਰ ਲਈਦਾ ਹੈ ਤੇ ਸ਼ਰਟ ਦੇ ਦਿਓ ਕਿਹਦੀ ਕਿਹਦੀ ਮੋੜੇਗਾ ਉਹਨੂੰ ਕਹਿੰਦਾ ਇੱਕ ਕਿਹਦੀ ਕਿਹਦੀ ਮੋੜੇਗਾ ਬੇਟੇ ਬਰਹਣਾ ਹੋ ਜਾਏਗਾ ਤੂੰ ਤੇ ਬਰਹਣਾ ਹੋ ਜਾਏਗਾ ਚੌਕੀਦਾਰ ਆਇਆ ਕਹਿੰਦਾ ਲੈ 100 ਰੁਪਇਆ ਦੇ ਕਹਿੰਦਾ ਕਾਹਦਾ ਕਹਿੰਦਾ ਮੈਂ ਇਹ ਨਹੀਂ ਡਿਊਟੀ ਕੀਤੀ ਅਗਲਾ ਪੂਰਾ ਮਹੀਨਾ ਸਿਟੀ ਲੈ ਕੇ ਉਹਦੇ ਘਰ ਦੇ ਕੇ ਫਿਰਦਾ ਰਿਹਾ ਕਹਿੰਦਾ ਹਿਸਾਬ ਬਰਾਬਰ ਹੋ ਗਿਆ ਲੈ ਦੱਸ ਇੰਜ ਏਦਾਂ ਦਾ ਤਾਂ ਹੈਗਾ ਹੈ ਲੋਕਾਂ ਦੇ ਵਿਆਹਾਂ ਦੇ ਉੱਤੇ ਲੋਕੀ ਕਹਿੰਦੇ ਆ ਹਮ ਹਨੀਮੂਨ ਕੇ ਲੀਏ ਲੰਡਨ ਜਾਏਂਗੇ ਕੋਈ ਕਹਿੰਦਾ ਹਨੀਮੂਨ ਕੇ ਲੀਏ ਹਮ ਫਲਾਂ ਜਗ੍ਹਾ ਜਾਏਂਗੇ ਉਸਤਾਦ ਦੇ ਵਿਆਹ ਦਾ ਆ 6 ਪਲੇਟਾਂ ਘਟ ਗਈਆਂ ਫਿਰ ਚਲੋ ਚਲੋ ਜੱਗ ਘਟ ਗਏ ਆ ਇਹਦੇ ਨਾ ਕੈਸੇ ਨੂੰ ਆਈ ਜਾਣ ਉਸਤਾਦ ਦਾ ਵਿਆਹ ਦਾ ਵੱਡਾ ਮੁੰਡਾ ਪੂਰੇ ਸਕੂਲ ਚੋਂ ਫਸਟ ਆਵੇ ਫਿਰ ਲੈਗ ਦੀ ਬੋਟੀ ਦਿੰਦਾ ਉਹਨੂੰ ਬੱਚੇ ਔਰ ਉਹ ਕੋਈ ਪੜ੍ਹਾਈ ਵਾਸਤੇ ਇੰਜੀਨੀਅਰ ਬਣਾ ਸਕੇ ਮਿਹਨਤ ਨਹੀਂ ਕਰਦਾ ਉਹ ਸਿਰਫ ਲੈਗ ਦੀ ਬੋਟੀ ਵਾਸਤੇ ਸਾਰੀ ਰਾਤ ਪੜ ਪੜ ਕੇ ਐਡੇ ਸ਼ੀਸ਼ਿਆਂ ਵਾਲੀ ਮੋਟੇ ਲੈਣ ਲਾ ਕੇ ਕਦੋਂ ਮੈਨੂੰ ਮਿਲਣੀ ਅੱਲਾ ਮਾਫੀ ਤੇ ਸਾਦ ਦੀ ਜਿੱਥੇ ਘਰ ਆ ਨਾ ਉਹਦੇ ਤੋਂ 2 ਕਿਲੋਮੀਟਰ ਗੋਸ਼ਤ ਵਾਲੀ ਦੁਕਾਨ ਸੀ ਗੋਸ਼ਤ ਵਾਲੇ ਨੇ ਅੱਖ ਕਹਿਣਾ ਦੁਕਾਨ ਇੱਕ ਇਹਨਾਂ ਦੇ ਬੂਹੇ ਦੇ ਨਾਲ ਬਣਾ ਲਈ ਉਹਨਾਂ ਕਿਹਾ ਹੁਣ ਲੈ ਲਵੋ ਅਸੀਂ ਹੁਣ ਨਾਲ ਆ ਗਏ ਤੁਹਾਡੀ ਮਿਹਰਬਾਨੀ ਇੱਕ ਤੇ ਭਾਈ ਸਾਰੇ ਭਰਾਵਾਂ ਨੇ ਥੋੜੇ ਥੋੜੇ ਪੈਸੇ ਪਾ ਅੱਛਾ ਹੁਣ ਨਾ ਉਸਤਾਦਾਂ ਦਾ ਸਾਰਾ ਨਾ ਲੈ ਹੁਣ ਆਪਣੀ ਗੱਲ ਕਰ ਹੁਣ ਉਸਤਾਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਠੀਕ ਆ ਮੇਰੇ ਵੀ ਦੇਣ ਚ ਆਇਆ ਸੀ ਕਿ ਪੱਟ ਦੀ ਬੋਟੀ ਚ ਰੱਸੀ ਪਾਈ ਮੈਂ ਨਹੀਂ ਕੀਤੀ ਮੈਂ ਕਹਿੰਦਾ ਆਪਣੇ ਹੀ ਕਰਨੀ ਉਸਤਾਦ ਉਸਤਾਦ ਦੇ ਵਿਆਹ ਤੇ ਇਹਦਾ ਛੋਟਾ ਭਰਾ ਆ ਲਾ ਉਹਦੇ ਕੋਲ ਪਟਾਕਿਆਂ ਜੋ ਕੋਈ ਪੈਸੇ ਨੇ ਤੇ ਮੂੰਹ ਨਾ ਕਰ ਠਾ 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 ਮਾਸਟਰ ਨੇ ਫੀਸ ਮੰਗੀ ਮਹੀਨੇ ਬਾਅਦ ਬੱਚੇ ਕੋਲੋਂ ਨਾ ਉਹਨੇ ਕਿਹਾ ਲਿਆਓ ਜੀ ਭਾਜੀ 3,000 ਰੁਪਏ ਫੀਸ ਦੇ ਦਿਓ ਕਾਹਦੀ ਕਾਹਦੀ ਕਹਿੰਦਾ ਜੀ ਪੜ੍ਹਾਇਆ ਸਬਕ ਯਾਦ ਕਰਾਇਆ ਘਰ ਆ ਕੇ ਮੁੰਡੇ ਦੇ ਸਿਰ 'ਚ ਕੋਈ ਐਸੀ ਚੀਜ਼ ਮਾਰੀ ਉਹਦੀ ਯਾਦਦਾਸ਼ਤ ਚਲੀ ਗਈ ਕਹਿੰਦਾ ਲਓ ਭੈਣ ਦੱਸੋ ਕੀ ਯਾਦ ਕਰਾਇਆ ਕਾਹਦੀ ਫੀਸ ਦਿਆ ਉਹ ਮਾਸਲ ਵੇਖ ਕੇ ਕਰੀ ਜਾ ਰਹਾ ਕਹਿੰਦਾ ਜੀ ਭਾਜੀ ਕਾਹਦੀ ਫੀਸ ਉਹ ਤਾਂ ਯਾਦ ਕੁਛ ਨਹੀਂ ਸਭ ਕੋਲ ਭੁੱਲ ਗਿਆ 3,000 ਰੁਪਏ ਬਚਾਉਣ ਵਾਸਤੇ ਮੁੰਡਾ ਮਸਤ ਕਰ ਲਿਆ ਤੁਹਾਡੇ ਘਰ ਪਰਾਉਣਾ ਆਵੇ ਤੇ ਬੋਤਲ ਵੀ ਲੈ ਕੇ ਆਉਂਦਾ ਵਾ ਉਹਨਾਂ ਨੂੰ ਪਤਾ ਇਹਨੇ 150 ਦੀ ਬੋਤਲ ਮੰਗਾਉਣੀ ਆ 350 ਦਾ ਮੇਰਾ ਤੇਲ ਸਾੜ ਆਉਣਾ ਉਹ ਪਿੱਛੋਂ ਲੈ ਕੇ ਹੀ ਆਉਂਦੇ ਬੋਤਲ ਉਸਤਾਦ ਹੁਣਾਂ ਘਰ ਵੀ ਪਰਾਉਣੇ ਆ ਗਏ ਭਾਈ ਇੰਜ ਕਰਕੇ ਉਹਨਾਂ ਨੇ ਦਰਵਾਜ਼ਾ ਖੜਕਾਇਆ ਤੇ ਉਹਨਾਂ ਨੂੰ ਵੇਖ ਕੇ ਕਹਿੰਦੇ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਤੁਸੀਂ ਵਾਪਸ ਜਾਓ ਮੈਂ ਤੁਹਾਨੂੰ ਲੈਣ ਆਵਾਂਗਾ ਉਹ ਵਾਪਸ ਗਏ ਤੇ ਤਾਲਾ ਲਾ ਕੇ ਨਿਕਲ ਗਏ ਤੇਰੀ ਘਰ ਦੀ ਫਰਿੱਜ ਖੋਲੋ ਨਾ ਸਾਹਮਣੇ ਗਲੀ ਆ ਤੁਹਾਡਾ ਬਾਥਰੂਮ ਏਡਾ ਬੰਦਾ ਡਿੱਗ ਜਾਵੇ ਫਿਰ ਵੀ ਖਲੋਤਾ ਰਹਿੰਦਾ ਬਾਕੀ ਤੁਹਾਡਾ ਨੇ ਮੁਕਾਬਲਾ ਬੰਦਾ ਚਲੋ ਕਿਉਂਕਿ ਤੁਸੀਂ ਹੁਣ ਪਿੱਛੇ ਵੱਲ ਤੁਰ ਪਏ ਆ 20 ਸਾਲ ਪੁਰਾਣੇ ਵੱਲ ਅੱਜ ਸਹੀ ਗੱਲ ਫਰੀਦ ਘਰ ਭਾਈ ਫਿਰ ਪੁਰਾਣੇ ਆ ਗਏ ਉਹਨਾਂ ਨੇ ਬੂਹਾ ਖੜਕਾਇਆ ਤੇ ਉਹਨਾਂ ਨੂੰ ਬਾਹਰੋਂ ਹੀ ਉਹਨਾਂ ਨੂੰ ਨੱਥੀ ਕਰਾਉਣ ਦਿਆ ਕਹਿੰਦਾ ਯਾਰ ਅੰਦਰ ਰੋਲਾ ਚੱਲਣ ਦਿਆ ਵਾ ਆਇਓ ਬਾਹਰੋਂ ਹੀ ਪਾਣੀ ਪੂਣੀ ਪੀਓ ਫਿਰ ਸਹੀ ਕਿਤੇ ਸਾਰੇ ਭਰਾਵਾਂ ਨੇ ਪੈਸੇ ਪਾ ਕੇ ਨਾ ਪਾਈਆ ਕ ਗੋਸ਼ਤ ਲੈਂਦਾ ਤੇ ਅੰਡੀ ਪਕਾ ਕੇ ਆਲੇ ਦੁਆਲੇ ਆ ਸਟੈਪ ਮਾਰ ਅੱਛਾ ਇਹ ਗੋਸ਼ਤ ਲੈਣ ਗਿਆ ਤੇ ਕਸਾਈ ਕਹਿੰਦਾ ਯਾਰ ਹਰ ਮਹੀਨੇ ਤੂੰ ਆਉਂਦਾ ਵਾ ਸਿਰਫ ਤੂੰ ਪਾਈਆ ਗੋਸ਼ਤ ਲੈ ਜਾਂਦਾ ਕਹਿੰਦਾ ਯਾਰ ਮਹੀਨੇ 'ਚ ਇੱਕ ਦਿਨ ਤੇ ਮੈਨੂੰ ਪਾਪਾ ਕਹਿੰਦੇ ਐਸੇ ਦਿਨ ਅੱਗੋਂ ਪਿੱਛੋਂ ਤੇ ਬੱਚੇ ਓਏ ਕਰਕੇ ਬੁਲਾਉਂਦੇ ਐ ਮੈਂ ਸਿਰਫ ਇਸ ਤੋਂ ਲੈ ਕੇ ਜਾਂਦਾ ਵੀ ਗੋਸ਼ਤ ਵੇਖ ਕੇ ਤੇ ਪਾਪਾ ਕਹਿ ਦਿੰਦੇ ਪਾਈਆ ਗੋਸ਼ਤ ਪਕਾਇਆ ਇਹਨਾਂ ਨੇ ਪਾਈਆ ਗੋਸ਼ਤ ਪਕਾਇਆ ਤੇ ਗਲੀ 'ਚ 300 ਮੋਟਰਸਾਈਕਲ ਖਲੋਤੀ ਤੰਬੂ ਲੱਗੇ ਬੰਦ ਕੀਤੀ ਗਲੀ 'ਚ ਕਰਕੇ ਭਾਈ ਨੇ ਹੱਥ 'ਚ ਛਾਪਰ ਫੜੇ ਪਾਈਆ ਗੋਸ਼ਤ ਲੈ ਆ ਤੇ 2 ਘੰਟੇ ਬਾਅਦ ਕਿਸਾਈ ਨੂੰ ਫੋਨ ਕਰ ਕਹਿੰਦਾ ਦੁਕਾਨ ਖੁੱਲੀ ਆ ਉਹ ਕਹਿੰਦਾ ਨਹੀਂ ਯਾਰ ਮੈਂ ਤਾਂ ਬੰਦ ਕਰ ਗਿਆ ਓਏ ਹੋਏ ਕਹਿੰਦਾ ਕੀ ਗੱਲ ਕਹਿੰਦਾ ਮੈਂ ਕਿਹਾ ਜੇ ਕੋਈ ਵੱਜ ਜਾਂਦਾ ਤਾਂ ਚੱਲ ਮੈਂ ਵਾਪਸ ਕਰ ਦਿੰਦਾ ਪਾਈਆ ਚੋਂ ਹੀ
ਭਾਜੀ ਦੋ ਛਾਪਰ ਫੜੇ ਨੀਲੇ ਤੇ ਇੰਜ ਕਰਕੇ ਘਰ ਇੰਟਰੀ ਪਾਈ ਬੱਚਿਆਂ ਨੇ ਕਿਹਾ ਲੱਗਦਾ ਅੱਜ ਫਲ ਚੱਲੇਗਾ ਤੇ ਇੰਜ ਛਾਪਰ ਉਹਨਾਂ ਨਾਲ ਸੁੱਟ ਕੇ ਕਹਿੰਦੇ ਆਹ ਮੈਂ ਪੰਜਾਂ ਪੁਲੀਆਂ ਤੋਂ ਲੋਹਾ ਲੱਭ ਕੇ ਲਿਆਇਆ ਅੰਦਰ ਰੱਖੋ ਕਦੀ ਮਸੀਤੇ ਤੇ ਗਏ ਨੀ ਹੈਗੇ ਇੱਕ ਬੰਦੇ ਨੇ ਵੇਖਿਆ ਮਸੀਤੇ ਆਉਣ ਡੇ ਉਹਨੇ ਖਿਲਾਰ ਕੇ ਉਹਨੇ ਕਿਹਾ ਸਜਾਦ ਸਾਰੇ ਬੰਦਿਆਂ ਬਾਹਰ ਹੀ ਆਉਣਾ ਦਿੰਦੇ ਕੁਛ ਭਾਈਆਂ ਗੋਸ਼ਤ ਪਕਾ ਕੇ ਭਾਈ ਫੇਰ ਸਿਆਣੇ ਬੰਦੇ ਹੱਲ ਲੈ ਕੇ ਆਇਆ ਘਰ ਕੇਲੇ ਦੇ ਕੱਲੇ ਛਿਲਕੇ ਕੱਲੇ ਛਿਲਕੇ ਛਿਲਕੇ ਲਿਆ ਕੇ ਨਾ ਇੰਜ ਕਰਕੇ ਤੇ ਉਹ ਕਹਿੰਦੇ ਪਾਪਾ ਇਸ ਮੇ ਤੇ ਕੁਛ ਨਹੀਂ ਹੈ ਕਹਿੰਦਾ ਹਾਲਾਤ ਬਿਹਤਰ ਹੋਣਗੇ ਇਹਦੇ ਚ ਕੇਲਾ ਵੀ ਹੋਏਗਾ ਦੇਖਣਾ ਤੁਸੀਂ ਹਾਲੇ ਸਿਰਫ ਇਹ ਦੇਖੋ ਤੁਸੀਂ ਆਨੇ ਵਾਲੇ ਵਕਤ ਮੇ ਕੇਲਾ ਆਪਣੇ ਮੁੰਡੇ ਨੂੰ ਦਰਜਨ ਕੇਲਿਆਂ ਦੀ ਫੜਾ ਕੇ ਨਾ ਉਹਨੂੰ ਕਹਿੰਦੇ ਫਰਿੱਜ ਰੱਖਿਆ ਉਹ ਥੋੜਾ ਅੱਗੇ ਗਿਆ ਕਹਿੰਦੇ ਗੱਲ ਸੁਣ ਇਹ ਮੈਂ ਗਿਣ ਕੇ ਦਿੱਤੇ ਵਿੱਚੋਂ ਕੱਢ ਨਾ ਲਈ ਪਾਈਆ ਗੋਸ਼ਤ ਲਿਆਂਦਾ ਤੇ ਨਾਲ 2600 ਦੇ ਨਾਰ ਲਿਆਂਦੇ ਚਲਾਉਣ ਲਈ ਅੱਛਾ ਖੁਸ਼ੀ ਨਾਲ ਪਾਈਆ ਗੋਸ਼ਤ ਪਕਾ ਕੇ ਭਾਈ ਸਾਰੇ ਸਿਆਣੇ ਬੰਦੇ ਮਸ਼ਵਰਾ ਕਰਨ ਦੇ ਵਰਤਾਣਾ ਆਪਣੇ ਹਿਸਾਬ ਨਾਲ ਸੇਬ ਲੈਣ ਚਲੇ ਗਏ ਭਾਈ ਰੇਹੜੀ ਵਾਲੇ ਨੂੰ ਜਾ ਕਹਿੰਦੇ ਸੇਬ ਕਿੱਦਾਂ ਉਹ ਕਹਿੰਦੇ 300 ਲਾਏ ਤੇ ਹੁਣ ਮਹਿੰਗੇ ਦੀ ਨਾਲ ਹੀ ਉਹਨੂੰ ਕਹਿੰਦੇ ਥੋੜਾ ਜਿਹਾ ਸੈਰ ਤੇ ਲਾਏ ਹੁੰਦੇ ਲੈ ਲੈਣੇ ਥੋੜਾ ਜਿਹਾ ਸੈਰ ਤੇ ਲਾਏ ਹੁੰਦੇ ਲੈ ਲੈ ਨਹੀਂ ਉਹ ਛੋਟਾ ਵਿਕਾਸ ਭਾਈ ਆਲੂ ਬੁਖਾਰਾ ਖਾਣ ਦੇ ਤੇ ਉਹ ਚੂਰੀ ਖਾਣ ਦੇ ਕੋਈ ਵੇਖ ਨਾ ਲਵੇ ਭਾਈ ਨੇ ਆਵਾਜ਼ ਮਾਰੀ ਵਿਕਾਸ ਉਹ ਕਹਿੰਦਾ ਹਾਂਜੀ ਭਾਈ ਆਪਣੇ ਭਰਾ ਨੂੰ ਛੋਟੇ ਨੂੰ ਪਾਈ ਪੌੜੀਆਂ ਤੋਂ ਧੱਕਾ ਦੇਂਦੇ ਉਹਦੇ ਤੇ ਤਸ਼ੱਦਦ ਕਰਨ ਦੇ ਮੈਂ ਕਿਹਾ ਕੀ ਹੋਇਆ ਕਹਿੰਦਾ ਇਹਨੇ ਇੰਨਾ ਚਿੱਟਾ ਸਿਗਰਟ ਬੁਝਾ ਦਿੱਤਾ ਅੱਛਾ ਫਿਲਟਰ ਦਾ ਉੱਤੇ ਗੁੱਡ ਗੁੱਡ ਸ਼ਾਬਾਸ਼ ਤਾਰ ਦੇ ਦਾਦੇ ਨੇ ਕਿਤੇ ਪਾਈਆ ਗੋਸ਼ਤ ਪਕਾ ਲਿਆ ਤੇ ਰੇਂਜਰ ਤਲਬ ਕਰ ਲਈ ਨੌ ਨੀ ਕੱਟਦੇ ਕਹਿੰਦੇ ਨੇਲ ਕਲਰ ਗੁੰਡਾ ਹੋ ਜਾਣਾ ਅੱਛਾ ਘਰ ਕੱਪੜੇ ਇਸਤਰੀ ਤਾਂ ਨੀ ਕਰਦੇ ਹੈਗੇ ਨਹਾ ਕੇ ਗਿੱਲੇ ਗਿੱਲੇ ਪਾ ਲੈਂਦੇ ਸਿੱਧੇ ਹੋ ਜਾਣੇ ਇੱਕ ਪ੍ਰਾਹੁਣਾ ਇਹਨਾਂ ਦੇ ਘਰ ਗਿਆ ਤੇ ਪੱਖਾ ਹੀ ਨੀ ਲੱਗਾ ਵੇਖਿਆ ਤੇ ਸਿਰਫ ਇੱਕ ਬਲਬ ਲੱਗਾ ਉਹਨੇ ਚਾਰ ਦੁਆਰੇ ਵੇਖਿਆ ਪੱਖਾ ਹੀ ਨੀ ਲੱਗਾ ਕਹਿੰਦਾ ਭਾਜੀ ਪੱਖਾ ਤਾਂ ਨੀ ਆ ਬਲਬ ਫੇਰਵਾ ਕਰ ਦਿਓ ਨਹੀਂ ਨਹੀਂ ਇਹ ਸ਼ੋਅ ਦੇ ਟਾਈਟਲ ਤੇ ਲਿਖਣਾ ਪੁਰਾਣੀ ਜੁਗਤੋਂ ਇਹ ਸ਼ੋਅ ਦੇ ਟਾਈਟਲ ਇਹਨਾਂ ਰਿਪੀਟ ਜੁਗਤ ਸ਼ੋ ਕੋਈ ਗੱਲ ਨਹੀਂ ਭਾਈ ਪ੍ਰੋੜਾ ਆਇਆ ਵਾ ਉਹਨੂੰ ਬੋਤਲ ਤੇ ਐਸੀ ਅੱਛੀ ਗੱਲ ਆ ਪੁਰਾਣੀ ਜੁਗਤ ਦੁਬਾਰਾ ਵੀ ਚੰਗੇ ਟਾਈਮ ਸਿਰ ਲੱਗ ਜਾਵੇ ਫਿਰ ਨਵੀਂ ਹੋ ਜਾਂਦੀ ਇਹਨਾਂ ਘਰ ਸੱਚੀ ਪੁੱਛੀ ਉਸਤਾਦ ਜੀ ਦੇ ਘਰ ਪ੍ਰੋਣਾ ਆਇਆ ਤੇ ਉਹਨੂੰ ਸੋਟੀ ਫੜਾਣ ਦੇ ਕਿਉਂ ਰਾਤ ਨੂੰ ਉਹਨੇ ਸੋਣਾ ਸੀ ਉਹਨੂੰ ਸੋਟੀ ਫੜਾਣ ਦੇ ਕਹਿੰਦੇ ਸੋਟੀ ਕੀ ਕਰਨੀ ਕਹਿੰਦੇ ਪੱਕਾ ਚਲਾਈ ਜਾ ਜੀ ਚੱਲੇ ਮੈਂ ਤੇ ਆਉਂਗੀ ਭਾਜੀ ਪ੍ਰੋਣਾ ਆਇਆ ਵਾ ਉਹਨੇ ਬੋਤਲ ਪੀ ਕੇ ਇੰਜ ਰੱਖੀ ਆ ਭਾਜੀ ਨੇ ਚੁੱਕ ਕੇ ਸਿਰ ਚ ਮਾਰ ਲਈ ਮੈਂ ਕਿਹਾ ਕੀ ਹੋ ਜਾਈ ਕਹਿੰਦਾ ਯਾਰ ਉਹਨੇ ਵਿੱਚ ਮਾਸਾ ਵੀ ਨੀ ਛੱਡੀ ਮਨਸੂਰਾਬਾਦ ਜਾਣਾ ਸਤਾਲ ਕਹਿੰਦਾ 500 ਰੁਪਇਆ ਜਿੱਡੀ ਛੇਤੀ ਨੂੰ ਯਾਦ ਆਈ ਨੇ ਪੁਰਾਣੀ ਗੱਲ ਆ ਸਤਾਲ ਕਹਿੰਦਾ 500 ਰੁਪਇਆ ਮਾਈ ਕਹਿੰਦੀ ਨਹੀਂ ਨਹੀਂ ਪੁੱਤ 250 ਲੈ ਲੈ ਕਹਿੰਦੇ ਨਹੀਂ ਮਾਂ ਜੀ ਤੁਹਾਨੂੰ ਪਤਾ ਗੈਸ ਮਹਿੰਗੀ ਹੋ ਗਈ ਕਹਿੰਦੇ ਮਾਈ ਕਹਿੰਦੀ ਮੈਂ ਕਿਹੜਾ ਪਕਾਨੇ ਪਲਾਉਂਦੀ ਜਾਣਾ ਓਏ ਮੇਰੇ ਮੌਲਾ ਪੁਰਾਣੀਆਂ ਹੀ ਕਰੋ ਅੱਜ ਆਪ ਵੇਖਣ ਦੇ ਇੱਕ ਮਾਈ ਕਹਿੰਦੀ ਵੇਚਣੀ 550 ਦੀ ਬੱਕਰੀ ਕਹਿੰਦੇ ਨਹੀਂ ਨਹੀਂ ਹਜ਼ਾਰ ਲੈਣ ਖਾਬ ਸੀ ਅੱਖਾਂ ਬੰਦ ਕਰਕੇ ਫਿਰ ਕਹਿੰਦੇ ਲਿਆ 500 ਹੀ ਦੇ ਲਿਆ 250 ਦੇ ਮੇਰੀ ਹੋਰ ਸੀ ਹੁਣ ਮੈਨੂੰ ਭੁੱਲ ਗਈ ਜਿਸ ਤਰ੍ਹਾਂ ਹੋ ਸਕਦਾ ਅੱਬੂ ਪਾ ਲਏ
ਇਹਨਾਂ ਨੇ ਪਾਇਆ ਗੋਸ਼ਤ ਪਕਾਇਆ, ਸਾਰਿਆਂ ਵੰਡ ਕੇ ਬੋਟੀਆਂ ਖਾਧੀਆਂ, ਇੱਕ ਭਰਾ ਦੇ ਬੋਟੀ ਵੱਧ ਚਲੇ ਗਈ, ਉੱਥੋਂ ਇੱਥੋਂ ਗਲਾ ਘੁੱਟਦਾ ਉਹਨਾਂ ਕਹਿੰਦੇ ਕੰਡ ਮਾਰ। ਅੱਛਾ ਗੁੱਡ ਸ਼ਾਬਾਸ਼, ਤੁਹਾਨੂੰ ਮੈਂ ਕੀ ਦੱਸਾਂ, ਤੂੰ ਕੀ ਗੱਲ ਆ, ਅੱਲਾ ਮਾਫ ਕਰੇ ਤੁਹਾਨੂੰ, ਮੈਨੂੰ ਗੱਲ ਕਰਨ ਨੂੰ ਨਹੀਂ ਦੇ, ਤੂੰ ਇਹਨੂੰ ਕਰੀ ਜਾਣਾ, ਤੂੰ ਕਰ ਕਰੀ ਤੇ ਜਾ, ਕਿਸੇ ਨੂੰ ਤੇ ਕਰੀ ਜਾ, ਤੈਨੂੰ ਲੋਕੀ ਤੇਰਾ ਵੇਟ ਕਰਦੇ ਕਿ ਤੂੰ ਗੱਲ ਨਹੀਂ ਕਰਦਾ। ਅਸੀਂ ਦਿਲੋਂ ਕਰਦੇ ਹਾਂ ਉਸਤਾਦ ਜੀ ਦੇ ਨਾਲ, ਤੂੰ ਤੇ ਮੈਨੂੰ ਲੱਗਦਾ ਇਹੋ ਜਿਹੇ ਬੰਦੇ ਸ਼ੱਕੀ ਵਹਿਮੀ ਸੈਲਫੀ ਖਿੱਚ ਕੇ ਬੈਲੈਂਸ ਚੈੱਕ ਕਰਦੇ। ਆਬਾਸ ਦਾ ਭਾਈ ਇੱਕ ਤਾਇਆ ਯਾਰ ਮਾਮਾ ਤੈਨੂੰ ਮੈਂ ਕਹਿੰਦਾ ਹਾਂ ਦੱਸ, ਨਹੀਂ ਬਾਸ ਮੈਂ ਮਜ਼ਾਕ ਨਹੀਂ ਕਰਦਾ, ਲੋਕੀ ਤੈਨੂੰ ਬਹੁਤ ਵੇਟ ਕਰਦੇ ਤੇਰਾ, ਹੋ ਜਾਏਗਾ ਸਹੀ ਇਨਸ਼ਾਅੱਲਾ, ਅੱਲਾ ਪਾਕਿਸਤਾਨੀ ਸਹੀ ਗੱਲ, ਸਹੀ ਗੱਲ, ਅੱਲਾ ਕਿਤੇ ਹੋ ਜਾਏਗਾ, ਹੋ ਜਾਏਗਾ ਰੂਟੀਨ ਦੀ ਕਰੀ ਜੋ ਰੂਟੀਨ, ਮੈਨੂੰ ਲੱਗਦਾ 70-80 ਤੇ ਮੈਸੇਜ ਕਰਕੇ ਉਹਨਾਂ ਨੂੰ ਕਹਿੰਦੇ ਹੈਪੀ ਵੈਲੈਂਟਾਈਨ ਡੇ, ਉਹ ਜਿਹੜੇ 12000 ਰੁਪਏ ਦਿੱਤੇ 15 ਤੇ ਫੋਨ ਕਰਕੇ ਕਹਿੰਦੇ ਮੇਰਾ ਮੁੰਡਾ ਤੇ ਨਹੀਂ ਆਇਆ ਇਧਰ, ਤੂੰ ਕਹਿ ਵੀ ਭਾਜੀ ਇਦਾਂ ਦੇ ਘਰ ਮੋਟਰ ਸੜ ਗਈ ਤੇ ਹੁਣ ਪੈਸੇ ਹੈ ਨਹੀਂ ਸੀ ਮੋਟਰ ਵੈਂਡ ਕਰਾਉਣ ਦੇ, ਉਹ ਤੁਹਾਡੇ ਕੋਲ ਹੁੰਦੇ ਤੇ ਫਾਇਰ ਬ੍ਰਿਗੇਡ ਨੂੰ ਫੋਨ ਕਰਤਾ ਕਹਿੰਦਾ ਸਾਡੇ ਘਰ ਅੱਗ ਲੱਗ ਗਈ ਉਹ ਆਏ ਹੈ, ਤੇ ਬਾਜੀ ਡਰ ਗਈ, ਬਾਜੀ ਡਰ ਗਈ, ਜਾਣ ਲੱਗੇ ਤੇ ਕਹਿੰਦਾ ਉਦਾਂ ਵੀ ਤੇ ਜਾਣਾ ਹੀ ਹੈ, ਸਾਡੀ ਟੈਂਕੀ ਭਰ ਜਾ। ਇੱਕ ਮੰਗਣ ਵਾਲਾ ਆ ਕੇ ਕਹਿੰਦਾ 10 ਰੁਪਏ ਦਾ ਸਵਾਲ, ਉਹਨੂੰ ਕਹਿੰਦੇ ਪੁੱਛ, ਪੁੱਛ ਹੀ ਮੈਨੂੰ ਸ਼ਾਇਦ ਆਉਂਦਾ ਹੀ ਹੋਵੇ, 20 ਰੁਪਏ ਲੱਭੇ ਤੇ ਉੱਚੀ ਉੱਚੀ ਬੈਠਕ ਚ ਡੈਕ ਲਾਇਆ ਭਾਈ। ਸਿਰਫ 20 ਰੁਪਏ ਲੱਭੇ, 2022 ਆ ਗਿਆ ਹਲੇ ਤੱਕ ਦੁਕਾਨ ਤੋਂ ਚੀਜ਼ ਲੈ ਕੇ ਚੂੰਗਾ ਮੰਗ ਲੈਂਦੀ। ਇੱਕ ਬੰਦੇ ਨੇ ਇੰਜ ਕਰਕੇ ਜੂਸ ਦਾ ਡੱਬਾ ਪੀਤਾ ਤੇ ਪਟਾਕਾ ਮਾਰਨ ਲੱਗੇ ਤੇ ਮੂੰਹ ਖੋਲ ਲਿਆ ਕੇ ਛਿੱਟਾ ਪਏਗਾ। ਸੀਖਾਂ ਚ ਭਾਈ ਪਕੌੜੇ ਪਾਏ ਤੇ ਕਹਿੰਦੇ ਅੱਜ ਅਸੀਂ ਬਾਰਬੀਕਿਊ ਕਰਨੇ, ਸੀਖਾਂ ਚ ਪਕੌੜੇ ਪਾਏ। ਅੱਛਾ ਇਹਨਾਂ ਦੇ ਨਾ ਸਾਰੇ ਕਜ਼ਨਾਂ ਚ ਸ਼ਰਤ ਇਹ ਲੱਗਦੀ ਹੈ ਵੇਖੀ ਦੁਹਾਣਾ ਥੱਲੋਂ ਚਿੱਟਾ ਕੌਣ ਕੱਢਦਾ, ਜਿਹੜਾ ਲਾਲ ਖਾ ਲੈਂਦੇ ਨਾ ਚਿੱਟੀ ਛਿੱਲੜ ਭਾਈ, ਸੀਖ ਚ ਸਮੋਸੇ ਪਸਾ ਕੇ ਆਪਣੇ ਭਰਾ ਨੂੰ ਕਹਿੰਦਾ ਐਲਾ ਸੀਨਾ ਸੀਨੇ ਦੀ ਬੋਟੀ। ਅੱਛਾ ਪਾਈਆ ਗੋਸ਼ਤ ਖਾ ਕੇ ਤੇ ਸ਼ਰੀਕਾਂ ਨੂੰ ਵਿਖਾਉਣ ਦੇ, ਤਾਇਆ ਕਹਿੰਦਾ ਗੱਲ ਸੁਣ ਬੇਟਾ, ਕਹਿੰਦਾ ਕੌਣ ਹੋ ਤੁਸੀਂ, ਤਬੀਅਤ ਖਰਾਬ ਹੋਈ। ਪਾਈਆ ਗੋਸ਼ਤ ਚੰਗਾ ਭਲਾ ਹੁੰਦਾ ਵਾ, ਤੁਸੀਂ ਬਾਜ਼ਾਰ ਜਾਣਾ ਉਹਨੂੰ ਕੋਈ ਯਾਰ ਪਾਈਆ ਕੜਾਹੀ ਦੇ ਦੇ, 11 ਜਾਣੇ ਜੇ ਤੁਸੀਂ, 11 ਜਾਣਿਆਂ ਦਾ ਵੀ ਤੇ ਕਹਿ ਨਾ, ਮੈਂ ਕਹਿੰਦਾ ਇਕੱਲੇ ਦਾ ਕਹੀ ਆ ਜੀ, ਬਾਹਰ ਦੇ ਮੁਲਕ ਚੱਲ ਕੇ ਬੀਚ ਤੇ ਉੱਥੇ ਪਾਈ ਅੰਗਰੇਜ਼ ਆਪਣੇ ਟਿੰਮੀ ਡੋਗੀ ਲੈ ਕੇ ਫਿਰ ਰਹੇ ਨਾਲ ਭਾਈ, ਚਰਗੇ ਚੱਲ ਰਹੇ, ਹੁਣ ਰੋਟੀ ਖਾਣ ਨੂੰ ਬੜਾ ਦਿਲ ਕੀਤਾ ਤੇ ਰੇਤ ਡਾਲਣ ਲੱਗ ਪਏ, ਉਹ ਗੋਸ਼ਤ ਤੇ ਪਈ ਉਹ ਰੁੱਸ ਕੇ ਚਲ ਗਏ ਅੰਗਰੇਜ਼ ਤੇ ਬੂਟੀਆਂ ਧੋ ਧੋ ਕੇ। ਭਾਈ ਉਹ ਗੋਸ਼ਤ ਲੈ ਕੇ ਤੇ ਘਰ ਆ ਕੇ ਵੱਡਿਆਂ ਨੂੰ ਕਹਿੰਦੇ ਮੈਨੂੰ ਲੈਦਾ ਕਰ ਦੋ, ਇੰਨੀਆਂ ਗਰਦਨਾਂ ਪਕਾਉਂਦੇ ਆ, ਇੱਕ ਪਰਾਉਣੇ ਨੂੰ ਗਰਦਨਾਂ ਹੀ ਦੇਈ ਜਾਣ, ਉਹ ਕਹਿੰਦਾ ਸਾਲਣ ਕਿਸੇ ਜੰਗ ਚੋਂ ਆਉਣ ਡਿਆ, ਕੀ ਮਤਲਬ ਮੇਰਾ, ਗਰਦਨਾਂ ਕੱਟੀਆਂ ਇਹਦਾ ਨਾਲ ਸ਼ੁਰੂ ਵਾਲੀ ਕਰ ਦਿੰਦਾ, ਉਹ ਸਹੀ ਸੀ ਇਹਦਾ ਗਰਦਨ ਪਾਈ ਤੇ ਉਹ ਕਹਿੰਦਾ ਉਹ ਮੈਨੂੰ ਸਾਲਣ ਸ਼ੁਰੂ ਤੋਂ ਹੀ ਪਾਤਾ। ਆਈਸਕ੍ਰੀਮ ਵਾਲੀ ਦੁਕਾਨ ਤੇ ਜਾ ਕੇ ਕਹਿੰਦੇ ਕੌਣ ਆਈਸਕ੍ਰੀਮ ਲਾਤੀ, ਉਹ ਕੌਣ ਆਈਸਕ੍ਰੀਮ ਖਾ ਕੇ ਥੱਲੋਂ ਕੌਣ ਛੱਡ ਕੇ ਕਹਿੰਦੇ ਅੱਲਾ ਭਾਈ ਆਪਣਾ ਭਾਂਡਾ ਖਾਲੀ ਭਾਂਡਾ ਖਾਲੀ ਭਾਂਡਾ ਵਾਪਸ ਲੈ ਲਾ, ਉਹ ਪੰਪ ਵਾਲੇ ਨੇ ਨੀ ਦੱਥੀ ਫੜੀ ਹੁੰਦੀ ਉਹਨੂੰ ਜਾ ਕੇ ਕਹਿੰਦਾ ਦੇਣੇ 250 ਦੇ ਸਾਰੇ ਫੀਲਡਿੰਗ ਤੇ ਸਾਰੀ ਟੀਮ ਨੂੰ ਐ ਮੀਟਿੰਗ ਕਰਨ ਦੇ ਕਹਿੰਦਾ 100-100 ਰੁਪਇਆ ਫੜਾ ਦੋ, ਫਿਰ ਵਕਫੇ ਦੇ ਟਾਈਮ ਤਲੇ ਨਾਨ ਮੰਗਾ ਲਾਂਗੇ। ਉਹਨੂੰ ਜਾ ਕੇ ਕਹਿੰਦੇ ਟਾਇਰ ਵਾਲੇ ਨੂੰ ਹਵਾ ਚੈੱਕ ਕਰੀ, ਉਹ ਕਹਿੰਦਾ 1 ਚ 60, 1 ਚ 40, ਕਹਿੰਦਾ 20 ਇਧਰੋਂ ਖੜ ਗਏ ਇਧਰ ਪਾ ਦੇ। ਆ ਮੈਂ ਨਵੇਂ ਪੈਸੇ ਨਹੀਂ ਮਿਲਦੇ, ਸੌਰੀ ਮੇਰੀ ਚੈੱਕ ਟੁੱਟਾ ਲਈ। 1 ਚ 30 ਹੁੰਦੀ ਨਾ, 1 ਚ ਜਿੰਨੀ ਵੀ ਸੀ, ਤੁਸੀਂ ਕਿਹਾ ਪੈਸੇ ਨਹੀਂ ਦੇਣੇ, 1 ਚ 35, 1 ਚ 25, ਉਹਨੇ ਕਿਹਾ 5 ਇਧਰੋਂ ਕੱਢ ਕੇ ਇਧਰ ਪਾ ਦੇ, ਪੈਸੇ ਨਹੀਂ ਦੇਣੇ ਮੈਂ। ਪਰਾਉਣਾ ਕੋਈ ਘਰ ਆਵੇ ਉਹਦੀ ਖੇੜੀ ਪਾ ਕੇ ਯਾਰਾਂ ਦੋਸਤਾਂ 'ਚ ਫਿਰ ਆਉਂਦੇ, ਕੀ ਖੇੜੀ ਪਾ ਕੇ
दुकान ते गए ओ कहंदे की लेना कहंदे कुछ नहीं सलाम दो भाई सलाम लेनी ओए हाय हाय 100 रुपए दी कहंदा चीनी दे दो कहंदे कादे वास्ते कहंदा अल्लाह वास्ते अपना अल्लाह दी कसम है नाल अज फेर ना खुदा दी कसम है अज फेर ना स्क्रिप्ट सी पहले चारे जने पुगया करनगे जिहड़ा आ गया जिहड़ा जित गया ओहदे नाल मैं खेलिया करनी है बाकी तीन जनता ठीक है जी पहला नाम 10 रुपए दस रुपए पचास रुपए 100 रुपया 500 रुपया 1000 रुपया 5000 रुपया 10000 रुपया सात टोटल सवाल होने पैसे भी देंगे दस हाँ ओके 10000 रुपए दे चार ऑप्शन चार लाइफ लाइन अच्छा मतलब सारा चार लाइफ हाँ स्क्रीन से भी वही चलेगा ग्राफिक सारे बैकग्राउंड भी पर खेडा गया इतने बैग वेरी गुड ठीक है ना वो भी कितने हफ्ते एक अद्धा खेल लिया करा वो मैं हिसाब लाया ना मतलब हफ्ते च एक दो UCL है एक हफ्ते दे विच कौन बनेगा करोड़पति एक हफ्ते दे विच कोई एदा कसोटी ते एदा करके ना ते दो तीन अपने रैंडम जिदा अज कीता इंज करके एक पैकेज बना लेने हैं टी टाइम दा हां ना नादरीन ठीक है ना ठीक है ना सही सही चलो अदालत जाके वकील नूं कहंदे किसे ते कोई केस कुछ नहीं पाना मैं हाजिर चल कुछ नहीं कटदी क्यों कटदी40 रुपए मोची किल लो जाके उदो बोल रहे कहते गुफारी किल देना अच्छा मोची गुफारी किल कश्ती च सत्ते भरा बह गए कश्ती जा रही विच समुंदर दे जाके ते थोड़ा जिहा पानी चार कतरे उत्तों पै गया ते विच मोरी करती भी इहनू कढो थल्ले विच चढ़ गया दागी अंब ले आ दागी अंब ते नाल बिटनोवेट दी टूप लिली उहदे ते जाके सही कर रहे खुसरे दा सिर पाड़ता ਇਹ ਲਾਮਾ ਲੈ ਕੇ ਅੱਗਾ ਘਰ ਕਹਿੰਦਾ ਜੀ ਮੇਰੇ ਭਰਾ ਨਾਲ ਚੁੱਕੀ ਨਹੀਂ ਕੀਤੀ ਉਹਨੇ 100 ਦੇ ਫੇਰ 100 ਦੇ 90 ਤੇ ਉਹਦੇ ਇੱਟ ਮਾਰਦੇ ਮੈਂ ਹੀ ਪਾਗਲ ਖੁਸ਼ ਰਹਿੰਦਾ ਸਿਰ ਭਾੜਦਾ ਕਿਉਂ ਕਹਿੰਦੇ ਆਪਣੀ ਏਰੀਆ 'ਚ ਲੰਘ ਐ ਮੇਰਾ ਸੌਰੀ दो लत्तां सोच लैणगे ओह कहिंदे किन्ने दा कहिंदे 80 रुपए दा कहिंदे इक लत्त ला लै नाल 40 दा दे दे अच्छा सर जी सॉरी कोई गल नहीं सर हो जांदी इस दा जी वादा करदा सर जी कोई गल दुनी नहीं हो जांदी तां ठीक आ जदों हो ही जावे तां फिर अच्छा चलो चलो कोई रह गई कोई गलबात किसी दी इहदा दादा मर गया कबर कढ़ाउण लई पैसे ने सी ते गंदे नाले च दब्बा है चंगा रहे मरासी नहीं बनता कदी किसी दा मैं सिर्फ ना मेरी गल सुन लो मेरा रब गवाह वा इहने कहदा शेख ते मैं हुण जिथे मैं ते सुर रखदा ना माड़ी टैला ओह फिर बहुत सारे ने लपेटे च आ जाणा मैं इस तों चुप कीता रहा कि नहीं मेरे बहुत यार चीमे ने नहीं नहीं एक होर गल उस्ताद जी मैं करनी असी शेख जिहड़ी ओनली फॉर सिर्फ उस्ताद अपने नूं कीती उस्ताद दे गल ते शेखां दे गल नहीं नहीं ओह कोई गुस्सा नहीं करदे साडे सारे खान साहब दी गल ओह सिर्फ फ्री ते करदे ओए जिहड़ी मेरे ते केड़ा कोई गल करन दे यार उत्थों खान साहब अल्लाह माफी ओ यार जो अल्लाह ओए चीमा जिन्हू दाए बाए का भी पता पटिया चीमा तू तो फिर वो चीमा भी अल्लाह माफी दे लाने के सिर ते चढ़िया होना जरा ब्याह ए हाजी साहब अच्छा चीमे तो भी कुछ ये चीमा ही सही गल चैनल चीमा चैनल चमोटा वाह वाह चैनल जुड़ा अच्छा उस्ताद जी वैसे तुसी शेख ते आओ तुसी सच्ची इमानदारी नाल गल दसनी है एक टाइम ऐसा सी असी लाहौरों समान लियाए सी बस ते सोफे लियांदे सी तुहानू याद
लो जी उस बंदे ने कहा कि मैं छत तो लाने का कोई 150 to 200 rupees लाँगा नहीं चढ़ाउंदा। उस्ताद ने यकीन करो ऐ हकी मानी इन्होंने पूछ लवो कि इन्होंने 150 नहीं दिता तो सोफे आप चढ़ाने लई सजा जानी यानी सजा जानी नहीं अज तो 3 साल पहलो। हाँ जी मैं तो दसदा की होया सी वह गल 300 दी नहीं सी गल सी कि वह मजबूरी का नजायज फायदा उठा रहा सी वह इस चीज का फायदा उठा रहा सी कि इन्होंने तो लाने ही लाने है इन्होंने तो लाने ही लाने इन्हों की मजबूरी है मैं 300 भी कह देव तो मैं आ बस आ लाहौरों सोफे आ गए बस खलो गई उपरों चढ़िया वा उन्हों का फर्ज नहीं बनता कि समान ला के देन मैं कह रहा सोफे ला दे कहते 300 rupees लूंगा हूँ गल 300 दिन सी गल यह कि वह मेरी उस चीज़ का कि मतलब कोई अगर मेरी जगह कोई ज़ईफ बंदा हों कोई होर हों थले लवा का फायदा चुक रहा है मैं क्या अच्छा मैं उपर गया मैं एक हाथ ना फड़िया एक लमकया दूजे ना फड़िया दूजा लमकया मैं थले आ गया वो 300 की गल नहीं गल होर सी यहो जे बंदे ने शेख शेख नहीं बड़े बंदे ऐसे होंगे ने कि 5000 rupees की रोटी खा ली है खवाती है रक्षी वाले कही जाना उन्हें क्या 200 कहना नहीं 180 देने इदा के बड़े बंदे होंगे भाई ना तुम इन्हों का नहीं पता यहोजे बंदे होंगे जो सैकल स्टैंड से कहते होंगे है नहीं पैसे वहा कटते पैसे नहीं वहा कटते आहो सही गल तुहाडे चो कोई कह दे कि लो ना दिन कल फिर मुलाकात होगी तुम कह रहे हो अपना ख्याल रखियो खुश रहो आबाद रहो इसे तरह मिलते रहो यू बैक ऑन इज द हैप्पी सेट इज टीम कल फिर मुलाकात होगी इंग्लिश यू कल नहीं इंग्लिश यू टूडे is see you again see you again is have you nation your strength you friend all so all so wow wow tera door bitte tu khatam kar har cheez khatam kar anta wallahi anta mazhak kida wallahi mushkila ziyada alshan hada ustaz hada fasra me kullu izhak ma'ak علشان معلش اي شغل كده مشكله غير زياده الله يعطيك العافيه كل انتم عام وبخير شكرا حبيبي السلام عليكم وعليكم السلام ده لگیا جدا ککر دے منہ چ کروڑ پس گیا چل تو چہرے چانی نی ہو خوش رہو باد رہو اللہ حافظ اپنا خیال رکھنا ہو شو